ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੁਜਾ ਸ਼ਰਮਾ ਅਤੇ ਜਿਹੜੀ ਇੰਡੀਆ ਦੀ ਮੈਨਸ ਹਾਕੀ ਟੀਮ ਹੈਗੀ ਹੈ ਉਹਨੇ ਭਾਰਤ ਦੀ ਝੋਲੀ ਦੇ ਵਿੱਚ ਇੱਕ ਤਮਗਾ ਲਿਆ ਕੇ ਬਹੁਤ ਵੱਡੀ ਗੱਲ ਕਰਤੀ। ਭਾਰਤ ਇਸ ਵਕਤ ਪੂਰਾ ਖੁਸ਼ੀਆਂ ਮਨਾ ਰਿਹਾ ਹੈਗਾ ਆ। ਮੇਰੇ ਨਾਲ ਇਸ ਵਕਤ ਚੰਡੀਗੜ੍ਹ ਤੋਂ ਡਾਇਰੈਕਟਰ ਸਪੋਰਟਸ ਮੌਜੂਦ ਨੇ। ਚੰਡੀਗੜ੍ਹ ਦੀ ਇਸ ਅਕੈਡਮੀ ਤੋਂ ਵੀ ਦੋ ਖਿਡਾਰੀ ਜਿਹੜੇ ਇੰਡੀਅਨ ਹਾਕੀ ਟੀਮ ਦੇ ਵਿੱਚ ਸੀਗੇ। ਸਰ, ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਪੁੱਛੂੰਗੀ, ਕਿਹੋ ਜਿਹਾ ਲੱਗ ਰਿਹਾ ਆ ਕਿ ਦੋ ਪਲੇਅਰਸ ਜਿਹੜੇ ਇੰਡੀਆ ਦੀ ਹਾਕੀ ਟੀਮ ਨੂੰ ਟੋਕਿਓ ਦੇ ਵਿੱਚ ਰੀਪ੍ਰਜੈਂਟ ਕਰਕੇ ਆਏ ਨੇ ਅਤੇ ਹੁਣ ਇੱਕ ਤਮਗਾ ਵੀ ਲਿਆ ਕੇ ਝੋਲੀ 'ਚ ਪਾ ਦਿੱਤਾ ਆ? ਇਹ ਬਹੁਤ ਹੀ ਸਾਡੇ ਲਈ ਖੁਸ਼ੀ ਦੀ ਗੱਲ ਹੈਗੀ ਆ। ਇਟਸ ਅ ਪ੍ਰਾਊਡ ਮੂਮੈਂਟ ਫੋਰ ਆਲ ਆਫ ਅਸ ਕਿ ਸਾਡੇ ਸਾਰੀ ਇੰਡੀਅਨ ਟੀਮ ਨੇ ਇੰਨੀ ਹਾਰਡ ਵਰਕ ਕੀਤਾ ਔਰ ਇੰਨੀ ਮਿਹਨਤ ਦੇ ਨਾਲ ਇਹ ਖੇਡੇ ਨੇ ਔਰ ਵਧੀਆ ਤਰੀਕੇ ਦੇ ਨਾਲ ਖੇਡੇ ਨੇ ਇੰਡੀਅਨ ਟੀਮ ਦੇ ਵਿੱਚ, ਔਰ ਇਸ ਕਰਕੇ ਇਹਨਾਂ ਨੇ ਵਧੀਆ ਤਰੀਕੇ ਦੇ ਨਾਲ ਸਾਰੀਆਂ ਟੀਮਾਂ ਦੇ ਆਪਣੇ ਮੈਚਿਸ, ਆਪਣੇ ਲੀਗ ਵਾਲੇ ਮੈਚਿਸ ਵੀ, ਪੂਲ ਵਾਲੇ, ਅਤੇ ਉਸ ਤੋਂ ਉਪਰੰਤ ਸੈਮੀਫਾਈਨਲ, ਫਾਈਨਲ, ਔਰ ਉਸ ਤੋਂ ਉਪਰੰਤ ਹੁਣ ਇਹ ਜੋ ਬ੍ਰੌਂਜ਼ ਮੈਡਲ ਲਈ ਮੈਚ ਸੀਗਾ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਫੋਰਮ ਕੀਤਾ ਹੈ ਪਲੇਅਰਸ ਨੇ। ਔਰ ਉਸ ਤੋਂ ਉਪਰੰਤ ਜੇ ਕੋਚਿਸ ਦੀ ਗੱਲ ਮੰਨ ਕੇ ਔਰ ਕੋਚਿਸ ਦੀ ਸਟ੍ਰੈਟੇਜੀਜ਼ ਨੂੰ ਧਿਆਨ 'ਚ ਰੱਖ ਕੇ ਵਧੀਆ ਤਰੀਕੇ ਦੇ ਨਾਲ ਪਰਫੋਰਮ ਕੀਤਾ ਔਰ ਬੇਸਿਕਸ ਨੂੰ ਆਪਣੇ ਆਪ ਨੂੰ ਫੜ ਕੇ ਰੱਖਿਆ ਜਾਵੇ ਤਾਂ ਉਹ ਫਿਰ ਟੀਮ ਮਾਰ ਨਹੀਂ ਖਾਂਦੀ। ਸੋ ਇਸ ਕਰਕੇ ਇੰਡੀਅਨ ਟੀਮ ਬੜੀ ਸ਼ਲਾਘਾ ਦੀ ਪਾਤਰ ਹੈਗੀ ਆ ਔਰ ਇਤਿਹਾਸ ਰਚਿਆ ਹੈਗਾ। ਤੁਹਾਡੀ ਗੱਲ ਠੀਕ ਹੈ ਵੀ 1980 ਤੋਂ ਬਾਅਦ ਇਹ ਮੈਡਲ ਇੰਡੀਆ ਦੇ ਹਾਕੀ ਮੈਨਸ ਟੀਮ ਦੇ ਝੋਲੀ ਪਿਆ ਓਲੰਪਿਕਸ ਦੇ ਵਿੱਚ। ਸੋ ਇਹ ਬਹੁਤ ਹੀ ਵੱਡੀ ਪ੍ਰਾਊਡ ਮੂਮੈਂਟ ਫੋਰ ਆਲ ਦੀ ਇੰਡੀਅਨਸ। ਜੇਕਰ ਸਰ ਇੱਦਾਂ ਹੀ ਗੱਲ ਕੀਤੀ ਜਾਵੇ, ਸਹੂਲਤਾਂ ਦੀ ਗੱਲ ਕੀਤੀ ਜਾਵੇ, ਹੁਣ ਇੰਨਾ ਹੀ ਵੱਡੀ ਉਪਲਬਧੀ ਹਾਸਲ ਕਰਕੇ ਇੰਡੀਅਨ ਹਾਕੀ ਟੀਮ ਵਾਪਸ ਆ ਰਹੀ ਹੈਗੀ ਹੈ, ਹੁਣ ਸਹੂਲਤਾਂ ਦੀ ਅਗਰ ਜੇਕਰ ਅਸੀਂ ਪਲੇਅਰਸ ਦੇ ਵਾਸਤੇ ਗੱਲ ਕਰੀਏ ਐਜ਼ ਡਾਇਰੈਕਟਰ ਸਪੋਰਟਸ, ਕੀ ਸਹੂਲਤਾਂ ਹੋਰ ਜਿਹੜੀਆਂ ਨੇ ਤੁਸੀਂ ਗੌਰ ਕਰੋਗੇ ਅਤੇ ਬੱਚਿਆਂ ਵਾਸਤੇ ਹੋਰ ਲਿਆਈਆਂ ਜਾਣਗੀਆਂ? ਨਹੀਂ, ਇਹ ਬਿਲਕੁਲ ਗੱਲ ਠੀਕ ਹੈ। ਦੇਖੋ, ਸਹੂਲਤਾਂ ਦੀ ਵੀ ਕਮੀ ਨਹੀਂ ਹੈਗੀ ਇੰਡੀਆ 'ਚ, ਟੈਲੈਂਟ ਦੀ ਵੀ ਕਮੀ ਨਹੀਂ ਹੈਗੀ। ਬਹੁਤ ਟੈਲੈਂਟਿਡ ਬੱਚੇ ਸਾਡੇ ਕੋਲ ਹਨ। ਅਸੀਂ ਫਿਜ਼ੀਕਲ ਅਤੇ ਸਕਿੱਲ ਟੈਸਟ ਲੈਂਦੇ ਹਾਂ। ਚੰਡੀਗੜ੍ਹ ਹਾਕੀ ਅਕੈਡਮੀ ਇੱਕ ਨਾਮ ਹੈਗਾ ਆਲ ਇੰਡੀਆ 'ਚ, ਅਤੇ ਚੰਡੀਗੜ੍ਹ ਹਾਕੀ ਅਕੈਡਮੀ ਨੂੰ ਐਕਰੀਡਿਟਿਡ ਹੈਗੀ ਆ ਇਹ ਸਪੋਰਟਸ ਅਥਾਰਟੀ ਆਫ ਇੰਡੀਆ, ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ, ਗੌਰਮੈਂਟ ਆਫ ਇੰਡੀਆ ਤੋਂ। ਅਤੇ ਉਸ ਤੋਂ ਉਪਰੰਤ ਚੰਡੀਗੜ੍ਹ ਹਾਕੀ ਅਕੈਡਮੀ 2002 ਤੋਂ ਸਕਸੈਸਫੁਲੀ ਚੱਲ ਰਹੀ ਹੈਗੀ ਔਰ ਹਰ ਸਾਲ ਬੱਚੇ ਇੱਥੋਂ ਪਾਸ ਆਊਟ ਹੋ ਕੇ ਇੰਡੀਅਨ ਟੀਮ ਦੇ ਵਿੱਚ ਪਾਰਟ ਬਣੇ ਨੇ ਇੰਡੀਅਨ ਟੀਮ ਦਾ, ਔਰ ਉਸ ਤੋਂ ਉਪਰੰਤ ਇੰਡੀਆ ਨੂੰ ਰਿਪ੍ਰਜੈਂਟ ਕੀਤਾ ਹੈਗਾ ਵੱਖ ਵੱਖ ਇੰਟਰਨੈਸ਼ਨਲ ਟੂਰਨਾਮੈਂਟਸ ਦੇ ਵਿੱਚ ਔਰ ਹੁਣ ਓਲੰਪਿਕਸ ਦੇ ਵਿੱਚ। ਜਿਹੜੀ ਟੀਮ ਮੈਨਸ ਹਾਕੀ ਇੰਡੀਅਨ ਟੀਮ ਹੈਗੀ ਉਹਦੇ 'ਚ ਦੋ ਪਲੇਅਰਸ ਰੁਪਿੰਦਰ ਸਿੰਘ ਅਤੇ ਗੁਰਜੰਟ ਸਿੰਘ, ਉਹ ਚੰਡੀਗੜ੍ਹ ਹਾਕੀ ਅਕੈਡਮੀ ਦੇ ਵਿੱਚ ਪ੍ਰੈਕਟਿਸ ਕੀਤੀ, ਖੇਡੇ ਹੈਗੇ ਔਰ ਇੱਥੇ ਉਹਨਾਂ ਨੇ 6-6, 7-7 ਸਾਲ ਇੱਥੇ ਆਪਣੀ ਗੇਮ ਨੂੰ, ਆਪਣੇ ਸਕਿੱਲਸ ਨੂੰ ਹੋਨ ਕੀਤਾ। ਅੱਗੇ ਸਰ ਹੁਣ ਵਿਮੈਨ ਹਾਕੀ ਟੀਮ ਦਾ ਵੀ ਮੈਚ ਹੈਗਾ ਆ, ਉਹਨਾਂ ਤੋਂ ਕੀ ਉਮੀਦ ਕਰਦੇ ਹੋ? ਨਹੀਂ, ਉਹ ਅਸੀਂ ਬਿਲਕੁਲ ਆਪਣੀ ਸਪੋਰਟਸ ਡਿਪਾਰਟਮੈਂਟ ਚੰਡੀਗੜ੍ਹ ਉਹਨਾਂ ਨੂੰ ਬੈਸਟ ਵਿਸ਼ਿਸ ਕਰਦਾ ਔਰ ਅਸੀਂ ਬਿਲਕੁਲ ਵੀ ਆਰ ਕੌਨਫੀਡੈਂਟ ਕਿ ਦੇ ਵਿਲ ਪਲੇ ਵਿਦ ਦ ਬੈਸਟ ਆਫ ਦੇਅਰ ਅਬਿਲਿਟੀਜ਼ ਔਰ ਉਹ ਵਧੀਆ ਪਰਫੋਰਮ ਕਰਨਗੇ, ਆਪਣੀ ਸਟ੍ਰੈਟੇਜਾਈਜ਼ ਕਰਨਗੇ, ਆਪਣੇ ਕੋਚ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਜਿਵੇਂ ਹੁਣ ਤੱਕ ਉਹਨਾਂ ਨੇ ਵਧੀਆ ਪਰਫੋਰਮ ਕਰਦੇ ਆਏ ਆ, ਅਤੇ ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਆਪਣੇ ਇੰਡੀਆ ਲਈ ਮੈਡਲ ਜਿੱਤ ਨਹੀਂ ਸਕਦੇ, ਮੈਡਲ ਜਿੱਤ ਕੇ ਆਉਣਗੇ। ਅਸ ਵੀ ਆਰ ਕੌਨਫੀਡੈਂਟ ਔਰ ਆਪਣੀ ਬੈਸਟ ਵਿਸ਼ਿਸ਼ ਦਿੰਦੇ ਆ ਵੀ ਉਹ ਇੰਡੀਆ ਦਾ ਨਾਮ ਜਿਹਦੇ ਮੁੰਡਿਆਂ ਨੇ ਰੋਸ਼ਨ ਕੀਤਾ ਹੈਗਾ, ਉੱਦਾਂ ਇੰਡੀਅਨ ਗਰਲਸ ਟੀਮ ਵੀ ਉਹ ਮੈਡਲ ਲੈ ਕੇ ਆਉਣ, ਆਪਣਾ ਨਾਮ ਰੋਸ਼ਨ ਕਰਨ ਹਿੰਦੁਸਤਾਨ ਦਾ। ਅਤੇ ਸਰ ਜੇਕਰ ਮੈਂ ਇੱਦਾਂ ਹੀ ਗੱਲ ਕਰਾਂ, ਹਾਕੀ ਟੀਮ ਹੋਵੇ, ਹਾਕੀ ਟੀਮ ਨੂੰ ਤਾਂ ਅਸੀਂ ਦੇਖ ਲਿਆ ਉਹਨਾਂ ਨੇ ਚੰਗਾ ਪਰਫੋਰਮ ਕੀਤਾ, ਹੁਣ ਅੱਗੇ ਅਸੀਂ ਅਗਰ ਹੋਰ ਖੇਡਾਂ ਵੱਲ ਜਾਈਏ, ਹੋਰ ਖੇਡਾਂ ਵੱਲ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈਗੀ ਹੈ ਉਹਨਾਂ ਵਾਸਤੇ ਕੀ ਪ੍ਰੈਪਰੇਸ਼ਨਸ ਕੀਤੀਆਂ ਜਾਣਗੀਆਂ ਹੁਣ? ਨਹੀਂ, ਪ੍ਰਪਰੇਸ਼ਨ ਸਾਡੇ ਚੰਡੀਗੜ੍ਹ, ਜਿਵੇਂ ਮੈਂ ਦੱਸਿਆ, ਹਾਕੀ ਅਕੈਡਮੀ, ਚੰਡੀਗੜ੍ਹ ਫੁੱਟਬਾਲ ਅਕੈਡਮੀ ਵੀ ਇੱਥੇ ਚੱਲ ਰਹੀ ਹੈ 20 ਸਾਲਾਂ ਤੋਂ, 2000 ਤੋਂ ਇੰਡੀਅਨ ਟੀਮ ਦੇ ਵਿੱਚ ਸਾਡੇ ਪਲੇਅਰਸ ਜਾਂਦੇ ਨੇ ਇੱਥੋਂ 7 ਸਾਲ ਇੱਥੇ ਆਪਣੇ ਸਕਿੱਲਸ ਹੋਣ ਕਰਕੇ। ਉਸ ਤੋਂ ਬਾਅਦ ਕ੍ਰਿਕਟ ਚੰਡੀਗੜ੍ਹ ਸਾਡੀ ਅਕੈਡਮੀ ਚੱਲ ਰਹੀ ਹੈ, ਉਸ ਤੋਂ ਉਪਰੰਤ ਸਾਡੇ ਵੱਖ ਵੱਖ ਸਪੋਰਟਸ ਦੇ ਵਿੱਚ ਸੈਂਟਰਸ ਚੱਲ ਰਹੇ ਨੇ, ਟੋਟਲ 23 ਸੈਂਟਰਸ ਚੰਡੀਗੜ੍ਹ ਦੇ ਵਿੱਚ ਸਪੋਰਟਸ ਕੰਪਲੈਕਸਿਸ ਫੰਕਸ਼ਨਲ ਨੇ ਵੱਖ ਵੱਖ ਗੇਮਾਂ ਦੇ ਵਿੱਚ। ਉੱਥੇ ਬੱਚੇ ਚੰਡੀਗੜ੍ਹ ਦੇ ਨੇਬਰਿੰਗ ਏਰੀਆਸ ਤੋਂ ਬੱਚੇ ਆ ਕੇ ਆਪਣੇ ਸਕਿੱਲਸ ਹੋਨ ਕਰਦੇ ਆ ਔਰ ਆਪਣੇ ਪ੍ਰੈਕਟਿਸ ਕਰਦੇ ਆ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ, ਉੱਥੇ ਕੋਚਿਸ ਵੀ ਹਨ, ਉੱਥੇ ਹਰ ਤਰ੍ਹਾਂ ਦੀ ਉਹਨਾਂ ਨੂੰ ਸਪੋਰਟਸ ਕੰਪਲੈਕਸਿਸ ਨੂੰ ਮੇਨਟੇਨ ਕੀਤਾ ਜਾਂਦਾ, ਹਰ ਫੈਸਿਲਿਟੀ ਉੱਥੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਔਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਹੈਗਾ ਪਾਰਟੀਸਪੇਸ਼ਨ ਇਹ ਬੱਚਿਆਂ ਦੀ ਵਧੇਗੀ ਔਰ ਇਸ ਮੈਡਲਸ ਤੋਂ ਇੰਸਪਾਇਰ ਹੋਣਗੇ ਬੱਚੇ, ਇਹਨਾਂ ਗੇਮਸ ਦੇ ਵਿੱਚ ਹੋਰ ਅੱਗੇ ਆਉਣਗੇ, ਪ੍ਰੈਕਟਿਸ ਕਰਨਗੇ ਔਰ ਜਿੰਨੇ ਜ਼ਿਆਦਾ ਬੱਚੇ ਆਉਣਗੇ ਉਨਾ ਹੀ ਸਾਨੂੰ ਜਿਹੜਾ ਹੈਗਾ ਟੈਲੈਂਟ ਪੂਲ ਵੱਡਾ ਹੋਏਗਾ ਸਾਡਾ ਔਰ ਜ਼ਿਆਦਾ ਤੋਂ ਜ਼ਿਆਦਾ ਬੱਚੇ ਅੱਗੇ ਨਿਕਲ ਕੇ ਇੰਟਰਨੈਸ਼ਨਲ ਲੈਵਲ ਤੱਕ ਜਾਣਗੇ।
ਜੇਕਰ ਅਸੀਂ ਗੱਲ ਕਰੀਏ ਪੰਜਾਬ ਨੇ ਵੀ ਜਿਹੜੇ ਉਹਦੇ ਪਲੇਅਰ ਸੀਗੇ ਉਹਨਾਂ ਨੂੰ ਸਨਮਾਨਿਤ ਕਰਨ ਦੀ ਗੱਲ ਕੀਤੀ ਆ, ਉਹਨਾਂ ਵਾਸਤੇ ਕੈਸ਼ ਪ੍ਰਾਈਜ਼ ਅਨਾਊਂਸ ਵੀ ਕਰ ਦਿੱਤਾ ਗਿਆ, ਹਰਿਆਣਾ ਵੱਲੋਂ ਵੀ ਕਰ ਦਿੱਤਾ ਗਿਆ ਹੈਗਾ ਆ, ਕੀ ਚੰਡੀਗੜ੍ਹ ਵੱਲੋਂ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਨਮਾਨਿਤ ਕੀਤਾ ਜਾਏਗਾ ਜਿਸ ਵਕਤ ਵਾਪਸ ਆਉਣਗੇ ਜਿਹੜੇ ਪਲੇਅਰਸ ਨੇ? ਬਿਲਕੁਲ, ਸਾਡੀ ਕੈਸ਼ ਅਵਾਰਡ ਪਾਲਿਸੀ ਹੈ, ਅਸੀਂ ਜਿਹੜੇ ਚੰਡੀਗੜ੍ਹ ਹਾਕੀ ਅਕੈਡਮੀ ਤੋਂ ਖੇਡੇ ਹੋਏ ਬੱਚੇ ਨੇ ਉਹ ਵੀ ਆਰ ਪ੍ਰਾਊਡ ਆਫ ਦੋਸ ਪਲੇਅਰਸ, ਔਰ ਅਸੀਂ ਉਹਨਾਂ ਨੂੰ ਐਜ਼ ਪਰ ਪਾਲਿਸੀ ਹਾਇਰ ਅਥਾਰਟੀਜ਼ ਤੋਂ ਆਰਡਰਸ ਲੈ ਕੇ ਉਹਨਾਂ ਨੂੰ ਬਿਲਕੁਲ ਢੁੱਕਵੇਂ ਜੋ ਹੈ ਔਨਰ ਦਿੱਤੇ ਜਾਣਗੇ। ਸਰ, ਆਖਿਰ ਦੇ ਵਿੱਚ ਜਿਹੜੀ ਵਿਮੈਨ ਹਾਕੀ ਟੀਮ ਨੇ ਹੁਣ ਖੇਡਣਾ ਹੈ ਉਹਦੇ ਵਾਸਤੇ ਤੁਹਾਡਾ ਕੀ ਸੰਦੇਸ਼ ਹੈਗਾ ਆ? ਨਹੀਂ, ਮੇਰਾ ਇਹੀ ਸੰਦੇਸ਼ ਹੈ, ਬਿਲਕੁਲ ਜੋ ਹੁਣ ਤੱਕ ਉਹਨਾਂ ਨੇ ਇੰਨੇ ਹਾਰਡਵਰਕ ਕੀਤਾ ਹੈ, ਸਟ੍ਰੈਟੇਜੀਜ਼ ਬਣਾਈਆਂ ਹੋਣਗੀਆਂ ਉਹਨਾਂ ਨੇ ਆਪਣੇ ਕੋਚਿਸ ਨਾਲ ਮਿਲ ਕੇ, ਅਤੇ ਉਹਨੂੰ ਬਿਲਕੁਲ ਇੰਪਲੀਮੈਂਟ ਕਰਨ ਗਰਾਊਂਡ ਦੇ ਵਿੱਚ, ਆਪਣੇ ਕੋਚਿਸ ਦੀ ਗੱਲ ਨੂੰ ਬਰੀਕੀ ਨਾਲ ਸਮਝਣ, ਔਰ ਉਹਨੂੰ ਜਿਹੜਾ ਹੈਗਾ ਹੁਣ ਇੰਪਲੀਮੈਂਟ ਕਰਨ ਦਾ ਟਾਈਮ ਹੈ। ਹੁਣ ਉਹਨਾਂ ਨੇ ਗਰਾਊਂਡ ਦੇ ਵਿੱਚ ਉਹਨਾਂ ਬੇਸਿਕਸ ਨੂੰ ਇੰਪਲੀਮੈਂਟ ਕਰਨਾ, ਬੇਸਿਕਸ ਨੂੰ ਭੁੱਲਣਾ, ਬੇਸਿਕਸ ਤੋਂ ਪਿੱਛੇ ਨਾ ਛੱਡਣ, ਔਰ ਆਪਣਾ ਜਿਹੜਾ ਹੈਗਾ 100% ਦੇਣ। ਆਈ ਥਿੰਕ ਪਰਮਾਤਮਾ ਜੋ ਹੈ ਸਾਡੀ ਮਦਦ ਕਰੇਗਾ ਔਰ ਮੈਡਲ ਲੈ ਕੇ ਆਉਣਗੇ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ, ਧੰਨਵਾਦ। ਇਹ ਸੀਗੇ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ, ਜਿਨ੍ਹਾਂ ਨੇ ਜਿਹੜੀ ਮੈਨਸ ਦੀ ਹਾਕੀ ਟੀਮ ਹੈਗੀ ਹੈ ਉਹਨੂੰ ਮੁਬਾਰਕਾਂ ਦਿੱਤੀਆਂ ਨੇ, ਅਤੇ ਜਿਸ ਤਰੀਕੇ ਨਾਲ ਸਨਮਾਨਿਤ ਕੀਤਾ ਜਾਏਗਾ ਉਹ ਵੀ ਕਿਹਾ ਆ ਕਿ ਪੋਲਿਸੀਜ਼ ਦੇ ਅਨੁਸਾਰ ਕੀਤਾ ਜਾਏਗਾ, ਉਸ ਤੋਂ ਬਾਅਦ ਬੈਸਟ ਵਿਸ਼ਿਜ਼ ਦਿੱਤੀਆਂ ਨੇ ਵਿਮੈਨ ਹਾਕੀ ਟੀਮ ਨੂੰ। ਕੈਮਰਾਮੈਨ ਸੁਨੀਲ ਦੇ ਨਾਲ ਅਨੁਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।